ਬਹੁਤ ਬਹੁਤ ਧੰਨਵਾਦ। ਦਿਲ ਦੀਆਂ ਗਹਿਰਾਈਆਂ 'ਚੋਂ ਸ਼ੁਕਰੀਆ। ਮਾਝੇ ਦੀ ਧਰਤੀ 'ਤੇ ਇੰਨੀ ਗਰਮੀ ਦੇ ਬਾਵਜੂਦ ਤੁਸੀਂ ਇੰਨੀ ਭਾਰੀ ਗਿਣਤੀ 'ਚ ਇੱਥੇ ਪਹੁੰਚੇ ਹੋ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਈਕੋ ਈਕੋ ਘੱਟ ਕਰ ਦਿਓ ਦੋਸਤੋ। ਸਾਡੀ ਮਾਝੇ ਦੀ ਪੂਰੀ ਟੀਮ ਬੈਠੀ ਹੈ, ਸਾਡੇ ਖੇਮ ਕਰਨ ਦੇ MLA ਬੈਠੇ ਆ, ਤੁਹਾਡੇ ਆਪਣੇ MLA ਮਨਜਿੰਦਰ ਹੋਰੀ ਬੈਠੇ ਆ, ਰਣਜੀਤ ਚੀਮਾ ਜੀ ਬੈਠੇ ਆ, ਸਾਡੇ ਪਾਰਟੀ ਦੇ ਪ੍ਰਧਾਨ ਅਤੇ ਸਾਡੇ ਮਾਝੇ ਦੀ ਟੀਮ ਹੈ ਇਸ ਇਲਾਕੇ ਦੀ। ਯੰਗ ਮੁੰਡੇ ਨੇ, ਨੋਨ ਪੋਲੀਟੀਕਲ ਬੈਕਗਰਾਊਂਡ 'ਚੋਂ ਨੇ। ਪਿੱਪਲ ਦਿਆ ਪੱਤਿਆ ਵੇ ਕਾਹਦੀ ਖੜ 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 ਲਾਈ ਹੈ। ਪੱਤ ਝੜ ਗਏ ਪੁਰਾਣੇ, ਹੁਣ ਰੁੱਤ ਨਵਿਆਂ ਦੀ ਆਈ ਹੈ। ਨਵਿਆਂ ਦੀ ਰੁੱਤ ਆਈ ਹੋਈ ਮੈਂ ਕੱਲ ਮਜੀਠੇ ਸੀ, ਅਜਨਾਲੇ ਸੀ, ਚੁਗਾਵਾਂ ਸੀ, ਜੰਡਿਆਲਾ ਗੁਰੂ ਸੀ, ਤਰਨ ਤਾਰਨ ਸੀ। ਅੱਜ ਵੀ ਚਾਰ ਪੰਜ ਜਗ੍ਹਾ 'ਤੇ ਜਾਊਂਗਾ, ਉਹ ਫਿਰੋਜ਼ਪੁਰ ਗੁਰੂ ਹਰ ਸਾਹਿਬ ਤੱਕ। ਕੇਜਰੀਵਾਲ ਸਾਹਿਬ ਵੀ ਆ ਗਏ, ਅੱਜ ਉਹ ਵੀ ਫਿਰੋਜ਼ਪੁਰ, ਹੁਸ਼ਿਆਰਪੁਰ, ਬਠਿੰਡਾ ਜਾਣਗੇ। ਵੀਰੋ, ਜਿੰਨਾ ਚਿਰ ਅਕਾਲੀਆਂ, ਕਾਂਗਰਸੀਆਂ ਅਤੇ ਭਾਜਪਾ ਵਾਲਿਆਂ ਦੀ ਜੜ ਨਹੀਂ ਪੱਟਦੇ, ਉਹਨਾਂ ਚਿਰ ਅਸੀਂ ਨਹੀਂ ਥੱਕਦੇ। ਇਹਨਾਂ ਨੇ ਸਾਡੀਆਂ ਤਿੰਨ ਪੀੜ੍ਹੀਆਂ ਬਰਬਾਦ ਕਰਤੀਆਂ, ਤਿੰਨ ਪੀੜ੍ਹੀਆਂ। ਇਹਨਾਂ ਨੇ ਆਪਦੇ ਮਹਿਲ ਪਾ ਲਏ, ਹੋਟਲ ਪਾ ਲਏ, ਬੱਸਾਂ ਪਾ ਲਈਆਂ, ਢਾਬੇ ਪਾ ਲਏ, ਇਹਨਾਂ ਨੇ ਬਹੁਤ ਕੁਛ ਬਣਾ ਲਿਆ ਲੋਕਾਂ ਦੇ ਖੂਨ ਨਾਲ। ਵੀਰੋ, ਤਿੰਨ ਪੀੜ੍ਹੀਆਂ ਖਾ ਗਏ ਅਤੇ ਹੁਣ ਸਾਨੂੰ ਮਲੰਗ ਦੱਸਦੇ ਆ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਮਲੰਗ ਨੇ। ਚੱਲ ਭਾਈ ਸੁਖਵੀਰ ਸਿਆਂ, ਮਲੰਗ ਹੀ ਸਹੀ, ਪਰ ਮਲੰਗ ਹੀ ਮੰਜੀ ਠੋਕਣਗੇ ਹੁਣ, ਐਕੀ ਦੇਖਿਓ ਸੀ। ਇਹ ਆਪ ਰਜਵਾੜੇ ਬਣ ਗਏ। ਉਹ ਲੋਕੋ, ਉਹ ਪੰਜਾਬੀਓ, ਉਹ ਨਹਿਰਾਂ ਇਹਨਾਂ ਦੇ ਖੇਤਾਂ 'ਚ ਜਾ ਕੇ ਮੁੱਕ ਜਾਂਦੀਆਂ ਨੇ, ਨਹਿਰਾਂ, ਅਤੇ ਆਪਾਂ ਨੂੰ ਤੁਪਕਾ ਪਾਣੀ ਦਾ ਨਹੀਂ ਮਿਲਦਾ। ਹੁਣ ਅਸੀਂ ਜਾ ਕੇ ਕਿਤੇ ਬੰਦ ਕੀਤੀਆਂ। ਆ ਜਿਹੜੇ ਹੁਣ ਬੋਲਦੇ ਆ, ਜਿੱਦੇ 1 ਨਵੰਬਰ ਨੂੰ ਮੈਂ ਲੁਧਿਆਣੇ ਡਿਬੇਟ ਰੱਖੀ ਸੀ, ਉਦੋਂ ਕਿਉਂ ਨਹੀਂ ਆਏ? ਮੈਂ ਤਾਂ ਕੁਰਸੀਆਂ ਲਾਈਆਂ ਹੋਈਆਂ ਸੀ ਸਾਰਿਆਂ ਦੀਆਂ, ਆਏ ਹੀ ਨਹੀਂ, ਕਿਉਂਕਿ ਪੱਕਾ ਪਤਾ ਸੀ ਜਵਾਬ ਹੀ ਨਹੀਂ ਆਉਣਾ ਉੱਥੇ। ਸੋ ਇਹਨਾਂ 'ਤੇ ਯਕੀਨ ਨਾ ਕਰਿਓ। ਇਸ ਵਾਰ ਪੰਜਾਬ ਦੇ ਵਿੱਚ ਜਿਹੜੀ ਹਵਾ ਚੱਲ ਰਹੀ ਹੈ, ਮੈਂ ਮਾਝੇ, ਮਾਲਵੇ, ਦੁਆਬੇ 'ਚ ਰੋਜ਼ ਹੀ ਰਹਿਣਾ, ਮੈਂ ਲੋਕਾਂ 'ਚ ਹੀ ਰਹਿਣਾ। ਡੂਡ ਡੂਡ ਕੁਇੰਟਲ ਤਾਂ ਫੁੱਲ ਮੇਰੀ ਗੱਡੀ 'ਚ ਸੁੱਟ ਦਿੰਦੇ ਆ। ਪੈਟਰੋਲ ਪੰਪ 'ਤੇ ਗੱਡੀ ਰੋਕ ਕੇ ਫੁੱਲ ਕੱਢ ਕੇ ਬੈਠਣ ਨੂੰ ਜਗ੍ਹਾ ਬਣਾਉਣੀ ਪੈਂਦੀ ਹੈ। ਇਹ ਪਿਆਰ ਹੈ,
ਜਿਹਦਾ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ, ਕੋਈ ਨਾਪ ਨਹੀਂ ਸਕਦਾ, ਕੋਈ ਤੋਲ ਨਹੀਂ ਸਕਦਾ। ਇੱਕ ਪਾਸੇ ਤਾਂ ਆਹ ਪਿਆਰ ਹੈ ਫੁੱਲਾਂ ਵਾਲਾ, ਦੂਜੇ ਪਾਸੇ ਅਕਾਲੀ, ਕਾਂਗਰਸੀ, ਬੀਜੇਪੀ ਵਾਲੇ ਇਹਨਾਂ ਨਾਲ ਹੱਥ ਮਿਲਾ ਕੇ ਬਾਅਦ 'ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ, ਪੂਰੀਆਂ ਨੇ ਜਾਂ ਲੈ ਗਏ ਇੱਕ ਅੱਧੀ। ਆਹ ਹਾਲਤ ਹੈ ਇਹਨਾਂ ਦੀ। ਸੋ ਇਹਨਾਂ 'ਤੇ ਯਕੀਨ ਨਾ ਕਰਿਓ। ਜੋ ਸਾਡੇ ਕੋਲ ਸਰਵੇ ਦੀਆਂ ਰਿਪੋਰਟਾਂ ਆਈਆਂ ਨੇ, ਮਨਜਿੰਦਰ ਤੇਰਾ ਹਲਕਾ ਸਰਵੇ ਦੀ ਰਿਪੋਰਟ ਮੁਤਾਬਕ ਸਿਰਫ 25,000 ਦੀ ਲੀਡ ਹੈ, ਮੈਨੂੰ 35,000 ਦੀ ਚਾਹੀਦੀ ਹੈ ਇੱਥੋਂ। ਤੁਸੀਂ ਵੀ ਅੱਜ ਜਾ ਕੇ ਆਪਣੇ ਯਾਰਾਂ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਕਹਿ ਦਿਓ 25,000 ਦੀ ਲੀਡ ਹੈ, 35 ਦੀ ਕਰੋ, ਉਹ ਤੋਂ ਬਾਅਦ ਦੇਖਿਓ ਫਿਰ ਮੇਰਾ ਕੰਮ ਹੈ ਬਸ। ਗੋਇੰਦਵਾਲ ਦੀ ਇੰਡਸਟਰੀ, ਉਹਦੇ ਮਸਲੇ ਮੈਂ ਕਰ ਲਏ, ਪੋਲਿਸੀ ਬਣਾ ਲਈ। ਆਪਾਂ ਨੇ ਥਰਮਲ ਪਲਾਂਟ ਹੀ ਖਰੀਦ ਲਿਆ ਗੋਇੰਦਵਾਲ ਵਾਲਾ, GVK ਕੰਪਨੀ ਦਾ ਸੀ, ਜਿਹਦਾ ਨਾਮ ਰੱਖਿਆ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ। ਆਪਣੇ ਕੋਲ ਬਿਜਲੀ ਆਮ ਹੋ ਜੂਗੀ, ਘਰਾਂ ਵਾਲੀ ਤਾਂ ਮੈਂ ਪਹਿਲੀ ਫ੍ਰੀ ਕਰ ਰੱਖੀ ਸੀ। ਆ ਥਰਮਲ ਪਲਾਂਟ ਖਰੀਦਣ ਨਾਲ ਹੁਣ ਇੰਡਸਟਰੀ ਵਾਲੀ ਬਿਜਲੀ ਸਸਤੀ ਕਰੂੰਗਾ। ਤੁਸੀਂ ਦੇਖਿਓ ਸਹੀ, ਪੰਜਾਬ ਦੇ ਵਿੱਚ ਫੈਕਟਰੀਆਂ 'ਤੇ ਇੰਡਸਟਰੀਲਿਸਟ ਆਉਂਦੇ ਇੱਥੇ, ਅਤੇ ਤੁਹਾਨੂੰ ਕੰਮ ਮਿਲਦਾ, ਤੁਹਾਡੇ ਧੀਆਂ ਪੁੱਤਾਂ ਨੂੰ ਕੰਮ ਮਿਲਦਾ। ਦੇਖਿਓ, ਮੈਂ ਪੰਜਾਬ ਦੇ ਨੌਜਵਾਨ ਧੀਆਂ ਪੁੱਤਾਂ ਦੇ ਹੱਥੋਂ ਟੀਕੇ ਖੋ ਕੇ ਟਿਫਨ ਫੜਾਉਣੇ ਚਾਹੁੰਦਾ। ਕੰਮ 'ਤੇ ਜਾਓ, ਘਰੇ ਕੰਮ 'ਤੇ ਆਓ, ਬਾਹਰਲੇ ਮੁਲਕ ਜਾਣ ਦੀ ਲੋੜ ਨਹੀਂ। ਕਿਉਂ 25-25-30-30 ਲੱਖ ਰੁਪਇਆ ਚੱਕੀ ਫਿਰਦੇ ਹਾਂ? ਉਹ ਪਹਿਲਾਂ ਅੰਗਰੇਜ਼ਾਂ ਨੂੰ ਕੱਢਣ ਲਈ ਮਰੀ ਗਏ, ਹੁਣ ਉਹਨਾਂ ਕੋਲ ਪਹੁੰਚਣ ਲਈ ਮਰੀ ਜਾਂਦੇ ਹਾਂ। ਆਪਾਂ ਆਪਦੀ ਉਹ ਧਰਤੀ ਠੀਕ ਕਰ ਲਈਏ, ਆਪਣੀ ਧਰਤੀ ਠੀਕ ਕਰ ਲਈਏ। ਕੋਈ ਧਰਤੀ ਦਾ ਕੋਈ ਕਸੂਰ ਨਹੀਂ, ਧਰਤੀ ਦੀ ਉਪਜਾਊ ਸ਼ਕਤੀ ਓਨੀ ਹੋਈ ਹੈ, ਲੋਕ ਮਿਹਨਤੀ ਹੈ, ਕਮੀ ਇੱਕ ਸੀ ਬਸ, ਚੰਗੀ ਨੀਅਤ ਵਾਲੇ ਲੀਡਰ ਨਹੀਂ ਮਿਲੇ। ਹੁਣ ਤੁਸੀਂ ਆਪਦੀ ਸਰਕਾਰ ਬਣਾ ਲਈ, ਉਹ ਕਮੀ ਵੀ ਪੂਰੀ ਹੋ ਗਈ, ਹੁਣ ਸਰਕਾਰ ਤੁਹਾਡੀ ਹੈ। 90% ਲੋਕ ਮੈਨੂੰ ਬਾਈ ਜੀ ਕਹਿ ਕੇ ਬੁਲਾਉਂਦੇ ਆ, ਸਤਿ ਸ਼੍ਰੀ ਅਕਾਲ ਬਾਈ ਜੀ, ਰੋਕ ਲੈਂਦੇ ਆ ਮੋਢਾ ਫੜ ਕੇ। ਪਹਿਲਾਂ ਕਦੇ ਮੁੱਖ ਮੰਤਰੀਆਂ ਰੋਕਿਆ? ਕੋਈ ਨੇੜੇ ਲੱਗਣ ਦਿੰਦਾ ਸੀ? ਆ ਤਾਂ ਤੁਸੀਂ ਤਾਂ ਬਹੁਤ ਨੇੜੇ ਬੈਠੇ ਹੋ। ਜਦੋਂ ਮੈਂ ਕੈਸਟਾਂ ਸੀਡੀਆਂ ਆਉਂਦੀਆਂ ਸੀ ਮੇਰੀਆਂ, ਤੁਸੀਂ ਸੁਣਦੇ ਸੀ, ਮੇਰਾ ਪੁਲਿਸ ਦੇ ਵਿੱਚ ਇੱਕ ਬਹੁਤ ਵਧੀਆ ਦੋਸਤ ਸੀਗਾ, ਵੱਡਾ ਅਫਸਰ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਜਦੋਂ ਯਾਰ ਵੱਡੇ ਲੀਡਰ ਆਉਂਦੇ ਆ, ਬਾਦਲ, ਕੈਪਟਨ ਸੁਖਵੀਰ, ਮਜੀਠੀਆ, ਫਲਾਨਾ, ਧਿਮਕਾ, ਤੁਸੀਂ ਐਡੀ ਵੱਡੀ ਡੀ ਬਣਾ ਦਿੰਦੇ ਹੋ ਇੱਕ, ਉਹ ਮਤਲਬ ਜਿੱਥੇ ਤੱਕ ਲੋਕ ਬੈਠੇ ਆ ਇੰਨੀ ਤਾਂ ਡੀ ਹੁੰਦੀ ਹੈ, ਐਂ ਵੀ ਇੱਥੇ ਨਹੀਂ ਕੋਈ ਆ ਸਕਦਾ ਲੋਕ। ਉਦੋਂ ਬਾਅਦ ਮੈਂ ਕਿਹਾ ਯਾਰ ਲੀਡਰ ਲੋਕਾਂ ਨਾਲ ਗੱਲਾਂ ਕਰਨ ਆਉਂਦੇ ਆ, ਲੋਕ ਲੀਡਰਾਂ ਦੀਆਂ ਗੱਲਾਂ ਸੁਣਨ ਆਉਂਦੇ ਆ, ਤੁਸੀਂ ਐਡੀ ਦੂਰੀ ਕਿਉਂ ਪਾ ਦਿੰਦੇ ਹੋ? ਉਹ ਕਹਿੰਦਾ ਜੀ ਕਹਿਣ ਨੂੰ ਤਾਂ ਇਹ ਸਿਕਿਉਰਿਟੀ ਰੀਜ਼ਨ ਹੈ, ਪਰ ਅੰਦਰਲੀ ਗੱਲ ਹੋਰ ਹੈ। ਮੈਂ ਕਿਹਾ ਤੂੰ ਮੈਨੂੰ ਅੰਦਰਲੀ ਦੱਸ। ਉਹ ਕਹਿੰਦਾ ਅੰਦਰਲੀ ਗੱਲ ਇਹ ਹੈ ਜੀ,
ਇਹਨਾਂ ਲੀਡਰਾਂ ਦੀਆਂ ਕਰਤੂਤਾਂ ਤੋਂ ਲੋਕ ਇੰਨੇ ਦੁਖੀ ਹੋ ਗਏ ਵੀ ਆਪਦੇ ਪੈਰਾਂ 'ਚੋਂ ਲਾ ਕੇ ਜੁੱਤੀਆਂ ਮਾਰਨ ਲੱਗ ਗਏ। ਪੰਗਾ ਸਾਨੂੰ ਪੈ ਜਾਂਦਾ, ਕਹਿੰਦੇ ਸਸਪੈਂਡ ਅਸੀਂ ਹੋ ਜਾਂਦੇ ਹਾਂ। ਕਹਿੰਦਾ ਅਸੀਂ ਫਿਰ ਹੁਣ ਕੀ ਤਰੀਕਾ ਲੱਭਿਆ, ਰੈਲੀ ਵਾਲੀ ਜਗ੍ਹਾ 'ਤੇ ਰਾਤ ਨੂੰ ਖਾਲੀ ਸਟੇਜ ਵੱਲ ਨੂੰ ਅਸੀਂ ਜੁੱਤੀ ਸਿੱਟ ਕੇ ਦੇਖ ਲੈਂਦੇ ਹਾਂ, ਫਿਰ ਥੋੜ੍ਹਾ ਹੋਰ ਮਾਂਗਰ ਹੋ ਜਾਂਦੇ ਉੱਥੋਂ ਸਿੱਟ ਕੇ ਦੇਖ ਲੈਂਦੇ ਹਾਂ, ਹੋਰ ਪਿੱਛੇ ਹੋ ਜਾਂਦੇ ਉੱਥੋਂ ਸਿੱਟ ਕੇ, ਜਿੱਥੋਂ ਜ਼ੋਰ ਨਾਲ ਵੀ ਜੁੱਤੀ ਸਿੱਟੇ ਅਤੇ ਜੁੱਤੀ ਸਟੇਜ 'ਤੇ ਨਾ ਪਹੁੰਚੇ, ਅਸੀਂ ਕਹਿੰਦੇ ਇੱਥੇ ਤੱਕ ਪੈਪ ਲਾਓ ਅਤੇ ਖੈੜਾ ਛਡਾਓ। ਆਹ ਹਾਲਤ ਹੈ ਇਹਨਾਂ ਦੀ। ਸੋ ਵੀਰੋ, ਪੰਜਾਬ ਨਵੀਂ ਕਹਾਣੀ ਲਿਖਣ ਨੂੰ ਤਿਆਰ ਬੈਠਾ ਹੈ। ਤਾਨਾਸ਼ਾਹੀ ਤੋਂ ਬਚਾਉਣਾ ਹੈ ਦੇਸ਼ ਨੂੰ। ਬਾਬਾ ਸਾਹਿਬ ਅੰਬੇਦਕਰ ਜੀ ਦਾ ਲਿਖਿਆ ਹੋਇਆ ਸੰਵਿਧਾਨ ਬਚਾਉਣਾ ਹੈ, ਪੰਜਾਬ ਨੂੰ ਮੂਹਰੇ ਆਉਣਾ ਪਊਗਾ। ਆਜ਼ਾਦੀ ਵੇਲੇ ਪੰਜਾਬ ਮੂਹਰੇ ਸੀ, ਹਰੀ ਕ੍ਰਾਂਤੀ ਵੇਲੇ ਪੰਜਾਬ ਅੱਗੇ ਸੀ, ਹੁਣ ਵੀ ਅੱਗੇ ਲੱਗਣਾ ਪਊ ਪੰਜਾਬ ਨੂੰ ਦੇਸ਼ ਬਚਾਉਣ ਵਾਸਤੇ। ਤੁਹਾਡਾ ਨਾਮ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਊ। ਅੱਜ ਤੋਂ 20-50 ਸਾਲ ਬਾਅਦ ਜਦੋਂ ਕਿਸੇ UPSC ਦੇ ਪੇਪਰ 'ਚ ਜਾਂ ਕਿਸੇ ਸਿਲੇਬਸ ਦੇ ਵਿੱਚ ਇਹ ਪੁੱਛਿਆ ਜਾਊਗਾ ਕਿ ਜਦੋਂ ਦੇਸ਼ ਬਚਾਉਣ ਦੀ ਲੋੜ ਪੈ ਗਈ ਸੀ, ਸੰਵਿਧਾਨ ਬਚਾਉਣ ਦੀ ਲੋੜ ਪੈ ਗਈ ਸੀ, ਸਭ ਤੋਂ ਵੱਡਾ ਯੋਗਦਾਨ ਕਿਹਦਾ ਸੀ, ਤਾਂ ਉਹਦਾ ਸਹੀ ਉੱਤਰ ਇਹ ਹੋਣਾ ਚਾਹੀਦਾ 13-0 ਨਾਲ ਪੰਜਾਬ ਦਾ। ਪੰਜਾਬ ਦਾ ਸੋ ਵੀਰੋ, ਆਪਾਂ ਨੇ ਕੁਰਬਾਨੀਆਂ, ਆਪਣੇ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ ਇਹ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ। ਦੇਸ਼ ਨੂੰ ਛੱਡ ਨਹੀਂ ਸਕਦੇ ਆਪਾਂ, ਇੱਦਾਂ ਵੀ ਆਪਾਂ ਕੀ ਲੈਣਾ, ਆਪਾਂ ਕਿਉਂ ਨੇ ਆਪਾਂ ਲੈਣਾ। ਸੋ ਕਿਸੇ ਕਿਸਮ ਦੇ ਬਹਿਕਾਵੇ 'ਚ ਨਾ ਆ ਜਿਓ, ਕਿਸੇ ਟੈਂਪਰੇਰੀ ਹਵਾ 'ਚ ਨਾ ਆ ਜਿਓ। ਆਪਣੇ ਕੋਲ ਸਰਕਾਰ ਹੈ, 3 ਸਾਲ ਤੱਕ ਕੰਮ ਨਹੀਂ ਕਰਨੇ ਨੇ। ਜੇ ਕਿਤੇ ਖਡੂਰ ਸਾਹਿਬ ਤੋਂ MP ਵੀ ਆਪਣਾ ਹੋ ਗਿਆ, ਡਬਲ ਹੋ ਗਿਆ ਕੰਮ, ਉਹ ਦਿੱਲੀ, ਮੈਂ ਚੰਡੀਗੜ੍ਹ, ਅਤੇ ਫਿਰ ਕੰਮਾਂ ਵਾਲਾ ਮੈਨੂੰ ਦੱਸਿਆ ਮਨਜਿੰਦਰ ਨੇ 44 ਸੜਕਾਂ ਬਣਾ ਦਿੱਤੀਆਂ ਤੁਹਾਡੇ ਇਲਾਕੇ ਦੀਆਂ। 44 ਕਰੋੜਾਂ ਰੁਪਈਆ ਦਿੱਤਾ ਇਸ ਹਲਕੇ ਨੂੰ ਮੈਂ, ਕਰੋੜਾਂ, ਪਹਿਲਾਂ ਕਦੇ ਧੇਲਾ ਨਹੀਂ ਲੱਗਿਆ ਸੀ। ਸੋ ਵੀਰੋ, ਏਕਾ ਰੱਖਿਓ, ਬਟਨ ਕਿੰਨਵੇਂ ਨੰਬਰ 'ਤੇ ਹੈ? ਬਟਨ 4 ਨੰਬਰ 'ਤੇ ਹੈ, ਆਉਣਾ 1 ਨੰਬਰ 'ਤੇ ਹੈ। ਬਾਕੀ ਬਟਨਾਂ ਵੱਲ ਦੇਖਿਓ ਨਾ, ਚਿੱਟਾ ਮੋਤੀਆ ਉਤਰੇ ਉਹ ਅੱਖਾਂ 'ਚ, ਲੁਟੇਰੇ ਹੈ ਵੱਡੇ ਵੱਡੇ। ਸੋ ਤਾਂ ਕਰਕੇ ਤੁਹਾਡੇ ਕੋਲ ਆਇਆ, ਗਲਾ ਬੈਠਿਆ ਪਿਆ, ਕੋਈ ਗੱਲ ਨਹੀਂ, ਝੋਨਾ ਲਾਉਣ ਨਾਲੋਂ ਤਾਂ ਨਹੀਂ ਔਖਾ ਕੰਮ, ਲੋਕਾਂ ਨੂੰ ਜਗਾਉਣਾ ਹੀ ਹੈ, ਔਰ ਤੁਸੀਂ ਜਾਗੇ ਵੀ ਪਏ ਹੋ, ਵਧੀਆ ਗੱਲ ਹੈ। ਮੇਰੇ ਨਾਲੋਂ ਜ਼ਿਆਦਾ ਤੁਸੀਂ ਬੋਲਣ ਲੱਗ ਗਏ ਹੁਣ, ਮੈਨੂੰ ਬੋਲਣਾ ਘੱਟ ਪੈ ਰਿਹਾ। ਫਿਰ ਆ ਦੇਖ ਲਓ ਅਕਾਲੀ ਦਲ ਦਾ ਕੀ ਹਾਲ ਹੋਇਆ ਪਿਆ, ਕਾਂਗਰਸ ਦਾ ਕੀ ਹਾਲ ਹੋਇਆ ਪਿਆ। ਕਾਂਗਰਸ ਵਾਲਿਆਂ ਨੂੰ ਤਾਂ ਪਤਾ ਹੀ ਨਹੀਂ ਲੱਗ ਰਿਹਾ ਕੌਣ ਕਿੱਥੋਂ ਲੜ ਰਿਹਾ।
ਕੌਣ ਕਿਹਦੇ ਵਿਰੁੱਧ ਲੜ ਰਿਹਾ ਪਤਾ ਹੀ ਲੱਗ ਰਿਹਾ ਉਹਨਾਂ ਨੂੰ। ਬਠਿੰਡੇ ਵਾਲਾ ਲੁਧਿਆਣੇ ਮਾਰਿਆ, ਸੰਗਰੂਰ ਵਾਲਾ ਆਨੰਦਪੁਰ ਸਾਹਿਬ ਸਿੱਟਤਾ, ਇੱਥੋਂ ਭੁਲੱਥ ਵਾਲਾ ਸਾਡੇ ਸੰਗਰੂਰ ਫਿਰਦਾ। ਕੱਲ੍ਹ ਮੈਂ ਭੁਲੱਥ ਗਿਆ ਸੀ, ਲੋਕ ਕਹਿੰਦੇ ਵੀ ਸਾਨੂੰ ਧੋਖਾ ਦੇਊਗਾ ਸੁਖਪਾਲ ਖਹਿਰਾ, ਵੀ ਸਾਨੂੰ ਧੋਖਾ ਦੇਊਗਾ ਜੀ, ਸਾਨੂੰ ਛੱਡ ਜੂ। ਮੈਂ ਕਿਹਾ ਤੁਸੀਂ ਬਿਲਕੁਲ ਫਿਕਰ ਨਾ ਕਰੋ, ਕੋਈ ਧੋਖਾ ਨਹੀਂ ਦਿੰਦਾ, ਛੱਡੂ ਤਾਂ ਜੇ ਉੱਥੋਂ ਜਿੱਤਣ ਦੇਵਾਂਗੇ, ਆਰਾਮ ਨਾਲ ਆਜੂਗਾ। ਮੈਂ ਕਿਹਾ ਇੱਥੇ ਆਜੂ, ਇਹਨੂੰ ਇੱਧਰ ਉੱਧਰ ਮੂੰਹ ਮਾਰਨ ਦੀ ਆਦਤ ਹੈ, ਮੈਂ ਕਿਹਾ ਇੱਥੇ ਆਜੂ। ਪਹਿਲਾਂ ਪਿਛਲੀ ਵਾਰ ਬਠਿੰਡੇ ਗਿਆ ਸੀ, ਐਤਕੀ ਸੰਗਰੂਰ ਗਿਆ, ਘਰ ਮੁੜਿਆ ਹੋਊਗਾ, ਸੁੱਖ ਸ਼ਾਂਤੀ ਨਾਲ ਮੁੜਿਆ ਹੋਊਗਾ ਬਸ। ਸੋ ਵੀਰੋ, ਅਰਵਿੰਦ ਕੇਜਰੀਵਾਲ ਨੂੰ ਚੱਕ ਕੇ ਅੰਦਰ ਮਾਰਿਆ ਜੇਲ੍ਹ 'ਚ, ਕੀ ਸੋਚਦਾ ਸੀ ਮੋਦੀ ਕਿ ਕੇਜਰੀਵਾਲ ਨੂੰ ਅੰਦਰ ਕਰਕੇ ਪਾਰਟੀ ਖਤਮ ਕਰ ਦਾਂਗੇ? ਉਹ ਕੇਜਰੀਵਾਲ ਇੱਕ ਵਿਅਕਤੀ ਦਾ ਨਾਮ ਨਹੀਂ, ਕੇਜਰੀਵਾਲ ਇੱਕ ਸੋਚ ਹੈ। ਉਹ ਵਿਅਕਤੀ ਨੂੰ ਅੰਦਰ ਕਰ ਦੇਗਾ, ਸੋਚ ਨੂੰ ਕਿਵੇਂ ਗ੍ਰਿਫਤਾਰ ਕਰੇਗਾ ਮੈਨੂੰ ਇਹ ਦੱਸ ਦੇ ਮੋਦੀ। ਮੋਦੀ ਆਇਆ ਸੀ ਕੱਲ੍ਹ, ਉਹ ਆਪਣੇ ਆਪ ਦੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਗੱਲਾਂ ਕਰ ਗਿਆ। ਜੇ ਮੋਦੀ ਹੋਤਾ ਤਬ ਯੇ ਹੋ ਜਾਤਾ, ਅਗਰ ਉਸ ਸਮੇਂ ਮੋਦੀ ਹੋਤਾ, ਉਹ ਭਾਈ ਤੇਰੇ 10 ਸਾਲ ਕੱਢਣੇ ਔਖੇ ਹੋਏ ਪਏ ਨੇ, ਤੂੰ 71 ਦੀਆਂ ਗੱਲਾਂ ਕਰੀ ਜਾਂਦਾ ਯਾਰ। ਮੈਨੂੰ ਪੱਤਰਕਾਰਾਂ ਨੇ ਪੁੱਛਿਆ ਇੱਕ TV ਇੰਟਰਵਿਊ 'ਚ, ਕਹਿੰਦੇ ਅਸੀਂ ਨਾਮ ਲਵਾਂਗੇ ਕੁਛ ਲੀਡਰਾਂ ਦਾ, ਉਹ ਨਾਮ ਸੁਣ ਕੇ ਤੁਹਾਡੇ ਦਿਲ 'ਚ ਕੋਈ ਵੀ ਸ਼ੇਅਰ ਕੋਈ ਗੱਲ ਆਉਂਦੀ ਹੋਵੇ ਤੁਸੀਂ ਬੋਲ ਦਿਓ। ਮੈਂ ਕਿਹਾ ਠੀਕ ਹੈ ਲਓ ਨਾ। ਕਹਿੰਦੇ ਸੁਖਬੀਰ ਬਾਦਲ। ਮੈਂ ਕਿਹਾ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਨੇ, ਪੰਜਾਬੀ ਲਿਖਣੀ ਅਤੇ ਪੜ੍ਹਨੀ ਆਉਂਦੀ ਨਹੀਂ, ਆਪਣੇ ਪਿਤਾ ਜੀ ਨੂੰ ਕਹਿੰਦੇ ਨੇ ਮੇਰੇ ਪਿਤਾ ਜੀ ਦੇ ਸਮਾਨ ਹੈ, ਪਰ ਪੰਜਾਬ ਦਾ ਵਾਰਸ ਬਣਨਾ ਚਾਹੁੰਦਾ ਹੈ। ਕਹਿੰਦੇ ਕੈਪਟਨ ਅਮਰਿੰਦਰ। ਮੈਂ ਕਿਹਾ ਮਹਿਲਾਂ 'ਚ ਰਹਿਣ ਵਾਲੇ ਰਾਜੇ ਨੇ, ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ, ਜਦੋਂ ਕਾਂਗਰਸ ਦਾ ਰਾਜ ਸੀ ਕਾਂਗਰਸ ਨਾਲ, ਜਦੋਂ ਅਕਾਲੀਆਂ ਦਾ ਰਾਜ ਸੀ ਅਕਾਲੀਆਂ ਨਾਲ, ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ, ਅੱਜ ਕੱਲ੍ਹ ਭਾਜਪਾ ਦਾ ਰਾਜ ਹੈ ਭਾਜਪਾ ਨਾਲ, ਲੋਕਾਂ ਨਾਲ ਤਾਂ ਕਦੇ ਖੜੇ ਹੀ ਨਹੀਂ। ਕਹਿੰਦੇ ਨਰਿੰਦਰ ਮੋਦੀ। ਮੈਂ ਕਿਹਾ ਕਿਸੇ ਵੀ ਗੱਲ ਨੂੰ ਕਿਸੇ ਵੀ ਤਰੀਕੇ ਨਾਲ ਕਿਤੋਂ ਵੀ ਫਿੱਟ ਕਰਕੇ ਕੁਛ ਵੀ ਕਹਿ ਦਿੰਦਾ। ਮੈਂ ਕਿਹਾ ਪਿੱਛੇ ਚੰਦਰਯਾਨ, ਚੰਦਰਯਾਨ ਦੀ ਲਾਂਚਿੰਗ ਸੀ ਸ਼੍ਰੀ ਹਰੀਕੋਟਾ, ਇਸਰੋ ਦਾ ਜਿਹੜਾ ਲਾਂਚਿੰਗ ਸਟੇਸ਼ਨ ਹੈ, ਚੰਦਰਯਾਨ ਦੀ ਲਾਂਚਿੰਗ ਵੇਲੇ ਮੋਦੀ ਕਹਿੰਦਾ ਮੇਰਾ ਇਸਰੋ ਸੇ ਪੁਰਾਣਾ ਨਾਤਾ ਹੈ। ਮੈਂ ਵੀ ਹੈਰਾਨ ਹੋ ਗਿਆ। ਮੈਂ ਕਿਹਾ 8ਵੀਂ ਦਾ ਸਰਟੀਫਿਕੇਟ ਤਾਂ ਥਿਆਉਂਦਾ ਨਹੀਂ ਇਹਨੂੰ, ਇਹਦਾ ਇਸਰੋ ਨਾਲ ਕੀ ਲੈਣਾ ਦੇਣਾ, ਉੱਥੇ ਤਾਂ ਪੜ੍ਹੇ ਲਿਖੇ ਲੋਕ ਜਾਂਦੇ ਆ। ਕਹਿੰਦਾ ਮੈਂ ਜਬ ਦੂਸਰੀ ਤੀਸਰੀ ਕਲਾਸ ਮੇ ਪੜ੍ਹਤਾ ਥਾ, ਪੜ੍ਹਾਈ ਮੇ ਮੇਰਾ ਹਾਥ ਤੰਗ ਥਾ, ਇਸ ਲਈ ਹਰ ਟੀਚਰ ਮੁਝੇ ਆ ਕੇ ਕਹਿਤਾ ਥਾ ਤੂੰ ਇਸਰੋ ਮੇ ਬੈਠ, ਅਬ ਇਸਰੋ ਮੇ ਮੇਰਾ ਇਸਰੋ ਸੇ ਪੁਰਾਣਾ ਨਾਤਾ ਹੈ। ਕੱਲ ਕਹਿ ਗਿਆ ਉੱਥੇ, ਕਹਿੰਦਾ ਮੇਰਾ ਖੂਨ ਦਾ ਰਿਸ਼ਤਾ ਹੈ ਪੰਜਾਬ ਨਾਲ, ਕਹਿੰਦਾ 5 ਪਿਆਰਿਆਂ 'ਚੋਂ 1 ਪਿਆਰਾ ਗੁਜਰਾਤ ਤੋਂ ਸੀ। ਲੈ ਦੱਸ ਯਾਰ, ਹੱਦ ਹੈ, ਹੈਰਾਨੀ ਦੀ ਹੱਦ ਹੈ।
ਕਿਸੇ ਵੀ ਚੀਜ਼ ਨੂੰ ਕਿਸੇ ਨਾਲ ਜੋੜ ਦਿੰਦਾ। ਉਹ ਮੈਨੂੰ ਕਹਿੰਦੇ ਅਰਵਿੰਦ ਕੇਜਰੀਵਾਲ, ਮੈਂ ਕਿਹਾ ਜੀ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤੋ ਇਨਕਲਾਬ ਲਿਖਾ ਜਾਤਾ ਹੈ। ਸਭ ਤੋਂ ਔਖਾ ਸਵਾਲ ਪੁੱਛ ਲਿਆ ਉਹਨਾਂ ਨੇ, ਕਹਿੰਦੇ ਭਗਵੰਤ ਮਾਨ ਹੁਣ ਮੈਂ ਆਪਦੇ ਬਾਰੇ ਕੀ ਕਹਾਂ ਬਈ। ਮੈਂ ਕਿਹਾ ਜੇ ਮੈਂ ਦੇਖਾਂ ਅਮਲਾਂ ਬੱਲੇ, ਜੇ ਮੈਂ ਦੇਖਾਂ ਅਮਲਾਂ ਬੱਲੇ ਤਾਂ ਕੁਛ ਨਹੀਂ ਮੇਰੇ ਪੱਲੇ, ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਬੱਲੇ ਤਾਂ ਬੱਲੇ ਬੱਲੇ ਬੱਲੇ। ਇਹ ਤੁਹਾਡੀ ਰਹਿਮਤ ਆ ਵੀਰੋ, ਤੁਹਾਡੀ ਰਹਿਮਤ ਹੈ। ਸੱਤ ਜਨਮ ਨਹੀਂ ਕਰਜ਼ਾ ਉਤਾਰ ਸਕਦਾ ਮੈਂ ਤੁਹਾਡਾ। ਸੁਖਡੂਰ ਸਾਹਿਬ ਦੀਆਂ ਜਿੰਨੀਆਂ ਪ੍ਰੋਬਲਮਾਂ ਮੁਸ਼ਕਲਾਂ ਨੇ, 4 ਜੂਨ ਤੋਂ ਬਾਅਦ ਫ੍ਰੀ ਹੋ ਕੇ ਕੰਮ ਕਰਾਂਗੇ। ਵਿਰੋਧੀਆਂ ਦੇ ਕਰੋ ਮੂੰਹ ਬੰਦ ਅਤੇ ਆਪਾਂ ਕੰਮ ਕਰੀਏ। 13 ਇਹ ਹੋ ਜਾਣਗੇ, ਕੁਰੂਕਸ਼ੇਤਰ ਵਾਲਾ 14ਵਾਂ, 4 ਦਿੱਲੀ ਤੋਂ ਜਿੱਤ ਰਹੇ ਹਾਂ, 10 ਰਾਜ ਸਭਾ 'ਚ ਹੈਗੇ ਨੇ, 2 ਗੁਜਰਾਤ ਤੋਂ ਆ ਰਹੇ ਨੇ। ਜਦੋਂ ਉੱਥੇ 30-35 ਹੋ ਗਏ, ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਪੰਜਾਬ ਦਾ ਕੋਈ 1 ਰੁਪਈਆ ਵੀ ਰੋਕ ਕੇ ਦਿਖਾ ਦੇ, 1 ਰੁਪਈਆ ਸਿੰਗਲ ਪੈਸਾ। ਬਹੁਤ ਬਹੁਤ ਧੰਨਵਾਦ, ਬਹੁਤ ਤੁਹਾਡਾ ਸ਼ੁਕਰੀਆ। ਗਰਮੀ 'ਚ ਤੁਸੀਂ ਬੈਠੇ ਇੰਨੇ ਦੇਰ ਤੋਂ, ਕਾਫੀ ਸਮਾਂ ਪਹਿਲਾਂ ਤੋਂ ਮੈਂ ਤੁਰਤਾ, ਮੈਂ ਟਾਈਮ 'ਤੇ ਪਹਿਨਾ, ਪਰ ਰਸਤੇ 'ਚ ਲੋਕ ਪਿੰਡਾਂ 'ਚ ਸਰੋਪੇ ਲੈ ਕੇ ਖੜ੍ਹ ਜਾਂਦੇ ਆ ਬੱਚੇ ਲੈ ਕੇ, ਤਾਂ ਮੈਂ ਅਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ। ਤੁਸੀਂ ਇੰਨੀ ਸ਼ਿੱਦਤ ਨਾਲ ਸੁਣਿਆ, ਇੰਨੀ ਪਿਆਰ ਨਾਲ ਸੁਣਿਆ, ਹੈ ਜੀ ਹੈ ਜੀ ਕਿੱਕਲੀ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ, ਸਮਝ ਕੁਛ ਆਵੇ ਨਾ, ਵੋਟ ਕੋਈ ਥਿਆਵੇ ਨਾ, ਮੱਖੀ ਉੱਡੇ ਨਾ ਪਿੰਡੇ ਤੋਂ, ਸਹੁੰ ਲੱਗੇ ਸੀਟ ਫਸ ਗਈ ਬਠਿੰਡੇ ਤੋਂ। ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ। ਰਿਸ਼ਵਤਖੋਰਾਂ ਨੂੰ ਕੋਈ ਢਿੱਲ ਨਹੀਂ, ਬਿਜਲੀ ਦਾ ਕੋਈ ਬਿੱਲ ਨਹੀਂ, ਕੱਸੀਆਂ ਨਹਿਰਾਂ 'ਚ ਪਾਣੀ ਹੈ, ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ। ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਚਾਹੁੰਦੇ ਸੀ, ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਚਾਹੁੰਦੇ ਸੀ। ਉਹ ਤੋਂ ਬਾਅਦ ਸਮਝੀ ਨਾ ਸੋਚੀ ਹੈ, ਫਿਰ ਅਕਾਲੀ ਦਲ ਦੀ ਫੱਟੀ ਭਾਈ ਤੇ ਭਾਈਏ ਨੇ ਪੋਚੀ ਹੈ। ਹੈਗੇ ਅਸੀਂ ਰੱਜੇ ਪੁੱਜੇ, ਪਰ ਲੋਕ ਕਹਿੰਦੇ ਭੁੱਖੜ ਵੇ। ਹੈਗੇ ਅਸੀਂ ਰੱਜੇ ਪੁੱਜੇ, ਲੋਕ ਕਹਿੰਦੇ ਭੁੱਖੜ ਵੇ। ਲੈ ਕੱਲ੍ਹ ਪਾਰਟੀ 'ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਫੁੱਫੜ ਵੇ। ਅਸੀਂ ਮੌਜ ਬੜੀ ਲੁੱਟੀ ਹੈ, ਘੁੱਗੀ ਛਿੱਤਰ ਨਾਲ ਕੁੱਟੀ ਹੈ, ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਹੈ। ਲੈ ਅਕਾਲੀ ਦਲ ਦੀ 4 ਜੂਨ ਤੋਂ ਬਾਅਦ ਰਾਜਨੀਤੀ 'ਚੋਂ ਸਦਾ ਲਈ ਛੁੱਟੀ ਹੈ। ਬੋਲੇ ਸੋਨਿਹਾਲ, ਸਤਿ ਸ੍ਰੀ ਅਕਾਲ, ਇਨਕਲਾਬ ਜ਼ਿੰਦਾਬਾਦ। ਜਿਉਂਦੇ ਵਾਸਤੇ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ। ਲਵ ਯੂ ਆਲ, ਥੈਂਕ ਯੂ। ਇਹ ਸਨ